ਤੁਹਾਡੇ ਕੋਲ ਗੱਡੀ ਵੀ ਵੈਸੇ ਉਹ ਕਿਹੜੀ ਆ? ਗੱਡੀ ਮੇਰੇ ਕੋਲ ਸਰਕਾਰੀ ਗੱਡੀ ਹੈ, ਸਰਕਾਰੀ ਗੱਡੀ ਹੈ ਆਪਦੀ? ਨਹੀਂ ਆਪਦੀ ਵੀ ਹੈਗੀ ਹੈ, ਲੇਕਿਨ ਹਾਂ ਉਹ ਸਰਕਾਰੀ ਗੱਡੀ ਮੈਨੂੰ ਮਿਲੀ ਹੋਈ ਹੈ, ਐਸੀ ਗੱਲ ਨਹੀਂ ਹੈ। ਆਪਦੀ ਗੱਡੀ ਵੀ ਮੇਰੇ ਕੋਲ ਹੈਗੀ ਹੈ, ਇਨੋਵਾ ਮੇਰਾ ਖਿਆਲ ਹੈਗੀ ਹੈ, 5-6 ਸਾਲ ਹੋ ਗਏ ਮੇਰੇ ਕੋਲ ਗੱਡੀ ਹੈਗੀ ਹੈ, ਇਨੋਵਾ ਗੱਡੀ ਹੈ ਤੁਹਾਡੇ ਕੋਲ? ਹਾਂਜੀ। ਮਤਲਬ ਉਹ ਨਹੀਂ ਗੱਡੀ, ਲਗਜ਼ਰੀ ਗੱਡੀ ਮਰਸਡੀਜ਼ ਵਗੈਰਾ ਇਹ ਨਹੀਂ ਹੈ ਰੱਖੀਆਂ ਹੈ? ਤੁਸੀਂ ਬਹੁਤ ਔਖੇ ਸਵਾਲ ਕਰ ਰਹੇ ਹੋ। ਨਹੀਂ, ਪਤਾ ਕੀ ਗੱਲ ਹੈ ਕਿ ਇੱਕ ਛੋਟੀ ਜਿਹੀ ਕਹਾਣੀ ਹੈ। ਉਦੋਂ ਬੰਦੇ ਉਹਨਾਂ ਨੇ ਰੇਲ 'ਤੇ ਚੜ੍ਹਨਾ ਸੀਗਾ ਅਤੇ ਇੱਕ ਨੱਠ ਲਿਆ, ਇੱਕ ਬੜੇ ਆਰਾਮ ਨਾਲ ਜਾ ਰਿਹਾ ਸੀਗਾ। ਹਾਂਜੀ, ਚੜ੍ਹ ਦੋਨੋਂ ਹੀ ਗਏ, ਉਹ ਮੂਹਰੇ ਡੱਬੇ 'ਚ ਬੈਠ ਗਿਆ, ਉਹ ਪਿੱਛੇ ਜਦੋਂ ਤੁਰਨ ਲੱਗੀ ਉਦੋਂ ਚੜ੍ਹ ਗਿਆ। ਜਾ ਕੇ ਜਦੋਂ ਜਿੱਥੇ ਸਟੇਸ਼ਨ 'ਤੇ ਉਤਰਨਾ ਸੀ, ਜਦੋਂ ਉਤਰੇ ਅਤੇ ਉਹ ਜਿਹੜੇ ਮੂਹਰਲੇ ਡੱਬੇ ਵਾਲਾ ਸੀਗਾ ਉਹ ਪਿਛਲੇ ਡੱਬੇ ਵਾਲੇ ਨੂੰ ਗੁੱਸੇ ਹੋਣ ਲੱਗ ਗਿਆ, ਤੂੰ ਚੰਗਾ ਆਦਮੀ ਹੈ ਯਾਰ, ਬੜਾ ਆਲਸੀ ਹੈ, ਹੈਂ ਤੂੰ ਤੁਰਿਆ ਨਹੀਂ ਜਾਂਦਾ ਹੈਗਾ। ਅਤੇ ਉਹ ਕਹਿੰਦਾ ਗੱਲ ਕੀ ਹੋਈ ਹੈ? ਗੱਲ ਕੀ ਹੈ, ਮੈਂ ਮੂਹਰਲੇ ਡੱਬੇ 'ਚ ਵੜ ਗਿਆ ਤੂੰ ਪਿੱਛੇ। ਉਹ ਕਹਿੰਦਾ ਪਹੁੰਚਣਾ ਤਾਂ ਇੱਥੇ ਹੀ ਸੀ ਨਾ, ਪਹੁੰਚ ਗਏ ਹਾਂ। ਮੂਹਰਲੇ ਔਰ ਪਿਛਲੇ ਡੱਬੇ ਦਾ ਕੀ ਮਤਲਬ ਹੈ? ਜਿਹੜੀ ਗੱਡੀ 'ਚ ਮੈਂ ਬੈਠਦਾ ਉਹ ਵੀ ਮੈਨੂੰ ਉੱਥੇ ਹੀ ਪਹੁੰਚਾਉਂਦੀ ਹੈ ਜਿਸ ਦੂਜੀ ਜਾਂਦੀ। ਬਹੁਤ ਹੀ ਸੋਹਣੀ ਗੱਲ ਕੀਤੀ ਆ।